ਸਟੂਡੈਂਟਸ ਵੈਲਕਮ ਅਗੇਨ ਅੱਜ ਦਾ ਆਪਣਾ ਟੌਪਿਕ ਹੈ ਸੂਖਮ ਅਧਿਆਪਨ ਦੇ ਲਾਜ਼ਮੀ ਤੱਤ ਮੀਨ ਜਿਸ ਕਹਿੰਦੇ ਸੂਖਮ ਅਧਿਆਪਨ ਮਾਈਕਰੋ ਟੀਚਿੰਗ ਇਹਦੇ ਕਿਹੜੇ ਕਿਹੜੇ ਲਾਜ਼ਮੀ ਤੱਤ ਨੇ ਕਿਹੜੇ ਕਿਹੜੇ ਦੇ ਵਿੱਚ ਕੰਪੋਨੈਂਟਸ ਹੁੰਦੇ ਆ ਪਹਿਲਾ ਹੈ ਅਧਿਆਪਕ ਅਧਿਆਪਕ ਇਹਦੇ ਵਿੱਚ ਹੋਣਾ ਜ਼ਰੂਰੀ ਹੈ ਕਿਉਂਕਿ ਜੋ ਪ੍ਰੈਕਟਿਸ ਕਰਨੀ ਉਹ ਕਿਹਨੇ ਕਰਨੀ ਹੈ ਅਧਿਆਪਕ ਨੇ ਕਿਉਂਕਿ ਸਕਿਲਸ ਜਾਂ ਜਿਹੜੇ ਕੌਸ਼ਲ ਨੇ ਉਹਨਾਂ ਤੇ ਪ੍ਰੈਕਟਿਸ ਕੌਣ ਕਰਦਾ ਹੈ ਅਧਿਆਪਕ ਇਸ ਕਰਕੇ ਅਧਿਆਪਕ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਹੜਾ ਅਧਿਆਪਕ ਹੈ ਦੇ ਵਿੱਚ ਇਹ ਇੱਕ ਮੇਨ ਜਿਹੜਾ ਕੰਟੈਂਟ ਕਹਿ ਲਓ ਜਾਂ ਇਹਦਾ ਤੱਤ ਕਹਿ ਲਓ ਜਾਂ ਕੰਪੋਨੈਂਟ ਕਹਿ ਲਓ ਮੀਨਸ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਜਿਹੜੀਆਂ ਸਕਿੱਲਸ ਸਿਖਾਉਣੀਆਂ ਹੈ ਕੌਸ਼ਲ ਸਿਖਾਉਣੇ ਹੈ ਉਹ ਅਸੀਂ ਇੱਕ ਅਧਿਆਪਕ ਨੂੰ ਹੀ ਸਿਖਾਉਣੇ ਹੁੰਦੇ ਆ ਭਾਵੇਂ ਵਿਦਿਆਰਥੀ ਅਧਿਆਪਕ ਹੈ ਭਾਵੇਂ ਅਧਿਆਪਕ ਹੈ ਨੈਕਸਟ ਹੈ ਵਿਦਿਆਰਥੀ ਫਿਰ ਵਿਦਿਆਰਥੀ ਵੀ ਜ਼ਰੂਰੀ ਨੇ ਕਿਉਂਕਿ ਇਸ ਅਧਿਆਪਕ ਨੇ ਜਦੋਂ ਸੂਖਮ ਅਧਿਆਪਨ ਕਰਨਾ ਹੈ ਤਾਂ ਪ੍ਰੈਕਟਿਸ ਕਿੰਨਾ ਤੇ ਕਰਨੀ ਹੈ ਵਿਦਿਆਰਥੀਆਂ ਤੇ ਇਸ ਕਰਕੇ ਜਿਹੜੇ ਵਿਦਿਆਰਥੀ ਨੇ ਉਹ ਵੀ ਹੋਣੇ ਜ਼ਰੂਰੀ ਨੇ ਮੀਨਸ ਵਿਦਿਆਰਥੀਆਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਵਿਦਿਆਰਥੀ 5 ਤੋਂ 7 ਜਾਂ 5 ਤੋਂ 10 ਇੰਨੇ ਹੀ ਹੋਣਗੇ ਕਿਉਂਕਿ ਜੇਕਰ ਇਕੱਲਾ ਅਧਿਆਪਕ ਪ੍ਰੈਕਟਿਸ ਕਰਦਾ ਵਿਦਿਆਰਥੀ ਨਹੀਂ ਹੋਣਗੇ ਤਾਂ ਜਿਹੜੀ ਉਹਨੂੰ ਫੀਡਬੈਕ ਆ ਉਹ ਨਾਲ ਦੇ ਨਾਲ ਨਹੀਂ ਮਿਲੇਗੀ ਮੀਨਸ ਜੇ ਇਹਦੇ ਆਪਕੋ ਕੋਈ ਕੁਐਸਚਨ ਪੁੱਟ ਕਰ ਰਿਹਾ ਹੈ ਤਾਂ ਆਨਸਰ ਵਿਦਿਆਰਥੀਆਂ ਨੇ ਦੇਣੇ ਹੁੰਦੇ ਆ ਬਟ ਜੇਕਰ ਵਿਦਿਆਰਥੀ ਅਵੇਲੇਬਲ ਨਹੀਂ ਹੋਣਗੇ ਤਾਂ ਜਿਹੜੀ ਸਕਿੱਲ ਹੈ ਉਹਨੂੰ ਜੇ ਕੋਸ਼ਲ ਹੈ ਉਹਨੂੰ ਸਹੀ ਤਰੀਕੇ ਨਾਲ ਡਿਵੈਲਪ ਨਹੀਂ ਕੀਤਾ ਜਾ ਸਕੇਗਾ ਨੈਕਸਟ ਹੈ ਵਿਸ਼ਾ ਵਸਤੂ ਫਿਰ ਆਪਣੇ ਕੋਲ ਅਧਿਆਪਕ ਵੀ ਹੈ ਵਿਦਿਆਰਥੀ ਵੀ ਹੈ ਹੁਣ ਅਧਿਆਪਕ ਨੇ ਕੀ ਕਰਨਾ ਹੁੰਦਾ ਹੈ ਪੜਾਉਣਾ ਹੁੰਦਾ ਹੈ ਪੜਾਉਣ ਦੇ ਲਈ ਕੀ ਚਾਹੀਦਾ ਹੈ ਵਿਸ਼ਾ ਵਸਤੂ ਚਾਹੀਦਾ ਹੈ ਕੰਟੈਂਟ ਚਾਹੀਦਾ ਹੈ ਇਸ ਕਰਕੇ ਜਿਹੜੀ ਅਸੀਂ ਨੇ ਨੌਲੇਜ ਉਹ ਚ ਨੂੰ ਪ੍ਰੋਵਾਈਡ ਕਰਨੀ ਹੈ ਉਹਦੇ ਨਾਲ ਰਿਲੇਟਡ ਅਸੀਂ ਜਿਹੜਾ ਵਿਸ਼ਾ ਵਸਤੂ ਆ ਉਹ ਵੀ ਲੈ ਕੇ ਆਵਾਂਗੇ ਕਲਾਸ ਦੇ ਵਿੱਚ ਤੇ ਉਹੀ ਇਹਨਾਂ ਵਿਦਿਆਰਥੀਆਂ ਨੂੰ ਪੜਾਇਆ ਜਾਏਗਾ ਮੀਨਸ ਕਿ ਇਹਨਾਂ ਵਿਦਿਆਰਥੀਆਂ ਦੇ ਵਿੱਚ ਗਿਆਨ ਦਾ ਸੰਚਾਰ ਕੀਤਾ ਜਾਏਗਾ ਗਿਆਨ ਸੰਚਾਰ ਕਿਨੇ ਕਰਨਾ ਹੈ ਅਧਿਆਪਕ ਨੇ ਕਿਨਾਂ ਨੂੰ ਕਰਨਾ ਹੈ ਵਿਦਿਆਰਥੀ ਨੂੰ ਗਿਆਨ ਸੰਚਾਰ ਕੀ ਆ ਗਿਆ ਵਿਸ਼ਾ ਵਸਤੂ ਵਿਸ਼ਾ ਵਸਤੂ ਹੋ ਗਿਆ ਗਿਆਨ ਸੰਚਾਰ ਨੈਕਸਟ ਹੈ ਪ੍ਰਤੀਪੋਸ਼ਨ ਹੁਣ ਜਦੋਂ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀਆਂ ਨੂੰ ਵਿਸ਼ਾ ਵਸਤੂ ਨੂੰ ਪੜ੍ਹਾ ਰਿਹਾ ਹੈ ਤਾਂ ਉਹਨੂੰ ਨਾਲ-ਨਾਲ ਪ੍ਰਤੀਪੋਸ਼ਨ ਵੀ ਦੇਣਾ ਜ਼ਰੂਰੀ ਹੈ ਪ੍ਰਤੀਪੋਸ਼ਨ ਮੀਨਸ ਉਹਨੂੰ ਫੀਡਬੈਕ ਪ੍ਰੋਵਾਈਡ ਕਰਨੀ ਹੈ ਇਹ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਤਰ੍ਹਾਂ ਦੀ ਹੋ ਸਕਦੀ ਹੈ। ਧਨਾਤਮਕ ਅਤੇ ਰਿਨਾਤਮਕ। ਕਿਉਂਕਿ ਇਹਦੇ 'ਚ ਜਿਹੜੀ ਪ੍ਰਤੀਪੋਸ਼ਨ ਹੈ ਉਹ ਦੇਣਾ ਤਾਂ ਜ਼ਰੂਰੀ ਹੁੰਦਾ ਹੈ ਤਾਂ ਜੋ ਜਿਹੜਾ ਅਧਿਆਪਕ ਹੈ ਅਸੀਂ ਉਹਨੂੰ ਸਹੀ ਤਰੀਕੇ ਨਾਲ ਜਿਹੜੀ ਟ੍ਰੇਨਿੰਗ ਉਹ ਪ੍ਰੋਵਾਈਡ ਕਰ ਸਕੀਏ ਤਾਂ ਜੋ ਆਪਣੇ ਸਾਰੇ ਕੌਸ਼ਲਾਂ ਦੇ ਵਿੱਚ ਉਹ ਐਕਸਪਰਟ ਹੋ ਸਕੇ। ਨੈਕਸਟ ਹੈ ਉਦੇਸ਼। ਹੁਣ ਜਿਹੜਾ ਸੂਖਮ ਅਧਿਆਪਨ ਹੈ ਇਹਦੇ ਵਿੱਚ ਅਗਲਾ ਜਿਹੜਾ ਕੰਪਲਸਰੀ ਕੰਪੋਨੈਂਟ ਹੈ ਉਹ ਹੈ ਉਦੇਸ਼। ਮੀਨ ਜੇ ਜਦੋਂ ਸੂਖਮ ਅਧਿਆਪਨ ਦੀ ਇਸਨੇ ਸ਼ੁਰੂਆਤ ਕਰਨੀ ਹੈ ਕਰਉਣ ਲੱਗਣਾ ਇਹਦੇ ਬਾਰੇ ਤਾਂ ਕੁਝ ਸਾਡੇ ਸਾਹਮਣੇ ਉਦੇਸ਼ ਹੁੰਦੇ ਨੇ ਜਿਨ੍ਹਾਂ ਨੂੰ ਕਿ ਅਸੀਂ ਨੇ ਪੂਰਾ ਕਰਨ ਦੇ ਲਈ ਜਿਹੜੀ ਮਾਈਕਰੋ ਟੀਚਿੰਗ ਆ ਸੂਖਮ ਅਧਿਆਪਨ ਆ ਉਹਦੇ ਨਾਲ ਅਸੀਂ ਪ੍ਰੈਕਟਿਸ ਕਰਨੀ ਹੁੰਦੀ ਹੈ ਹੁਣ ਆਬਜੈਕਟਿਵ ਕੀ ਹੈ ਇਹਦਾ ਵਿਦਿਆਰਥੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜਾ ਵਿਦਿਆਰਥੀ ਅਧਿਆਪਕ ਹੈ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੌਸ਼ਲ ਨੇ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕਰਨਾ ਉਹਨਾਂ ਦਾ ਵਿਕਾਸ ਕਰਨਾ ਤਾਂ ਉਹ ਇੱਕ ਜਿਹੜਾ ਅਧਿਆਪਕ ਆ ਉਹ ਸਹੀ ਤਰੀਕੇ ਨਾਲ ਅਧਿਆਪਨ ਕਰਨ ਦੇ ਯੋਗ ਹੋ ਸਕੇ ḍear students ਇਹਨੂੰ ਤੁਸੀਂ ਸਿਰਫ ਐਜ਼ ਅ ਸ਼ਾਰਟ ਨੋਟ ਹੀ ਕਰਨਾ ਹੈ ਥੈਂਕਸ ਫॉर ਵਾਚਿੰਗ